ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਮਸੀਹ ਕੀ। ਮੈਂ ਅੱਜ ਪ੍ਰਭੂ ਦਾ ਵਚਨ ਪੜ੍ਹਦੀ ਹਾਂ। ਪਹਿਲਾਂ 95 ਸਾਮ। ਆਓ ਅਸੀਂ ਪ੍ਰਭੂ ਦੀ ਜੈ ਕਾਰ ਕਰੀਏ, ਆਓ ਅਸੀਂ ਆਪਣੇ ਮੁਕਤੀ ਦੀ ਚਟਾਨ ਲਈ ਨਾਰੇ ਮਾਰੀਏ, ਆਓ ਅਸੀਂ ਧੰਨਵਾਦ ਨਾਲ ਲੈ ਕੇ ਉਸਦੇ ਸਾਹਮਣੇ ਜਾਈਏ, ਆਓ ਅਸੀਂ ਸਿਰਾਂ ਨਾਲ ਸੁਰਾਂ ਦੇ ਨਾਲ ਉਸਦੀ ਮਹਿਮਾ ਦੇ ਗੀਤ ਗਾਈਏ, ਕਿਉਂਕਿ ਪ੍ਰਭੂ ਵੱਡਾ ਪਰਮੇਸ਼ੁਰ ਹੈ, ਉਹ ਸਭ ਦੇਵਤਿਆਂ ਦਾ ਮਹਾਰਾਜਾ ਹੈ, ਧਰਤੀ ਦੀ ਡੂੰਘਾਈਆਂ ਦੇ ਉਸਦੇ ਹੱਥ ਹੇਠ ਹਨ, ਸਭ ਪਹਾੜਾਂ ਦੀਆਂ ਚੋਟੀਆਂ ਵੀ ਉਸਦੀਆਂ ਹਨ, ਸਾਗਰ ਉਸਦੀ ਕਾਰਾਗਰੀ ਹੈ, ਇਸੇ ਲਈ ਉਹ ਉਸੇ ਦਾ ਹੈ, ਧਰਤੀ ਵੀ ਉਸਦੇ ਹੱਥਾਂ ਦੀ ਰਚਨਾ ਹੈ। ਆਓ ਉਸਦੀ ਆਰਾਧਨਾ ਸਿਰਾਂ ਨੂੰ ਨਿਵਾ ਕੇ ਕਰੀਏ ਅਤੇ ਪ੍ਰਭੂ ਆਪਣੇ ਕਰਤਾ ਦੇ ਸਾਹਮਣੇ ਆਪਣੇ ਗੋਡੇ ਟੇਕੀਏ, ਕਿਉਂਕਿ ਉਹ ਸਾਡਾ ਪਰਮੇਸ਼ੁਰ ਹੈ, ਅਸੀਂ ਉਸਦੇ ਦਰਗਾਹਾਂ ਦੇ ਲੋਕ ਹਨ ਅਤੇ ਉਸਦਾ ਇੱਜ਼ਤ ਹਨ। ਚਲੋ ਪ੍ਰਭੂ ਪਰਮੇਸ਼ੁਰ ਦੇ ਘਰ ਚੱਲੀਏ, ਪਿਤਾ ਪਰਮੇਸ਼ੁਰ ਨੂੰ ਧੰਨਵਾਦ ਆਖੀਏ, ਅਸੀਂ ਉਸ ਪਰਮੇਸ਼ੁਰ ਦੇ ਕੋਲ ਜਾਈਏ ਜਿਸਨੇ ਸਾਰੀ ਧਰਤੀ ਨੂੰ ਰਚਿਆ ਸੀ, ਇਸਨੇ ਸਾਰੇ ਸੰਸਾਰ ਨੂੰ ਰਚਿਆ, ਸਾਡਾ ਸਿਰਜਣ ਹਾਰ ਆ, ਸਾਡਾ ਬਖਸ਼ਣ ਹਾਰ ਆ, ਸਾਡਾ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ ਮੇਰੇ ਪਿਤਾ ਪਰਮੇਸ਼ੁਰ, ਉਹਦੇ ਹਜ਼ੂਰ ਚੜ੍ਹਦੇ ਹਾਂ, ਉਹਦੇ ਤਖ਼ਤ ਦੇ ਅੱਗੇ ਚੱਲਦੇ ਹਾਂ। ਹਾਲੇਲੂਯਾ, 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 ਧੰਨਵਾਦ, 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 ਤੇਰਾ ਸ਼ੁਕਰ, 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 ਮੇਰੇ ਰਾਜਿਆਂ ਦੇ ਰਾਜੇ, ਪ੍ਰਭੂਆਂ ਦੇ ਪ੍ਰਭੂ, ਤੁਹਾਡਾ ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ, ਸਾਰੀ ਸ੍ਰਿਸ਼ਟੀ ਦੇ ਰਚਨ ਹਰ ਤੁਹਾਡਾ ਧੰਨਵਾਦ ਹੋ, ਯਹੋਵਾ ਜ਼ਰੀ ਤੁਹਾਡਾ ਧੰਨਵਾਦ ਹੋ, ਹਾਲੇਲੂਯਾ, ਅਲਫਾ ਓਮੇਗਾ ਤੁਹਾਡਾ ਧੰਨਵਾਦ ਹੋ, ਹਾਲੇਲੂਯਾ, 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 ਤੇਰਾ ਧੰਨਵਾਦ ਹੋ, ਪ੍ਰਭੂਆਂ ਦੇ ਪ੍ਰਭੂ ਤੁਹਾਡਾ ਧੰਨਵਾਦ ਹੋ, ਹਾਲੇਲੂਯਾ, ਥੈਂਕ ਯੂ ਲਾਰਡ, ਤੇਰਾ ਸ਼ੁਕਰ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ, ਸਾਨੂੰ ਇਸ ਲਾਇਕ ਬਣਾਇਆ ਮੇਰੇ ਪਿਤਾ ਪਰਮੇਸ਼ਰ, ਇਸ ਲਾਇਕ ਬਣਾਇਆ ਜੋ ਤੁਹਾਡੇ ਘਰ ਦੇ ਵਿੱਚ ਅਸੀਂ ਜਾਈਏ ਮੇਰੇ ਪਿਤਾ ਪਰਮੇਸ਼ਰ, ਉਸ ਲਹੂ ਲਈ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਜੀ, ਜੋ ਗੁਫਾਰਾ ਮੇਰੇ ਪ੍ਰਭੂ ਜੀ ਸਾਡੇ ਲਈ ਤੁਸੀਂ ਦਿੱਤਾ ਮੇਰੇ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਹੋ, ਧੰਨਵਾਦ ਹੋ, ਹਾਲੇਲੂਯਾ, ਹਾਲੇਲੂਯਾ, ਯਿਸੂ ਦੇ ਨਾਮ ਦੇ ਵਿੱਚ ਪਿਤਾ ਜੀ ਤੁਹਾਡੇ ਇਸ ਚਰਨਾਂ ਦੇ ਵਿੱਚ ਆਉਂਦੇ ਹਾਂ ਮੇਰੇ ਪ੍ਰਭੂ ਪਰਮੇਸ਼ਰ, ਯਿਸੂ ਨੇ ਆਪਣਾ ਖੂਨ ਵਹਾ ਕੇ ਮੇਰੇ ਪਿਤਾ ਨੇ ਸਾਨੂੰ ਇਸ ਲਾਇਕ ਬਣਾਇਆ ਸੀ, ਪਿਤਾ ਦੇ ਨਾਲ ਸਾਡਾ ਮੇਲ ਕਰਾਇਆ, ਤੁਹਾਡਾ ਧੰਨਵਾਦ ਹੋ, ਹਾਲੇਲੂਯਾ, ਹਾਲੇਲੂਯਾ, ਮੇਰੇ ਪਿਤਾ ਜੀ ਮੈਂ ਆਪਣੇ ਆਪ ਨੂੰ, ਇਸ ਸਾਰੀ ਕਲੀਸਿਆਂ ਨੂੰ ਮੇਰੇ ਪਿਤਾ ਜੀ ਮੈਂ ਤੁਹਾਡੇ ਪਵਿੱਤਰ ਯਿਸੂ ਦੇ ਲਹੂ ਦੇ ਬਾੜੇ ਵਿੱਚ ਲੈ ਕੇ ਆਪਣੀ ਹਾਂ ਮੇਰੇ ਪਿਤਾ ਪਰਮੇਸ਼ਰ, ਇਸ ਕਲੀਸਿਆਂ ਨੂੰ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਹੋ ਮੇਰੇ ਪਿਤਾ ਜੀ, ਜਿੰਨੇ ਮੇਰੇ ਭੈਣ ਭਰਾ ਆ ਚੁੱਕੇ ਆ ਮੇਰੇ ਪਿਤਾ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ, ਉਹਨਾਂ ਨੂੰ ਤੁਸੀਂ ਸਹੀ ਸਲਾਮਤ ਆਪਣੇ ਘਰ ਦੇ ਵਿੱਚ ਲੈ ਕੇ ਆਏ ਮੇਰੇ ਪ੍ਰਭੂ ਪਰਮੇਸ਼ਰ, ਜਿੰਨੇ ਮੇਰੇ ਪਿਤਾ ਜੀ ਰਾਸਤੇ ਵਿੱਚ ਹੈ ਮੇਰੇ ਪ੍ਰਭੂ ਜੀ, ਉਹਨਾਂ ਨੂੰ ਵੀ ਤੁਸੀਂ ਸਹੀ ਸਲਾਮਤ ਲੈ ਕੇ ਆਓ, ਉਹਨਾਂ ਦੀ ਗੱਡੀਆਂ ਨੂੰ, ਉਹਨਾਂ ਨੂੰ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀ ਹਾਂ ਮੇਰੇ ਪ੍ਰਭੂ ਜੀ, ਉਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਸਹੀ ਸਲਾਮਤ ਲੈ ਕੇ ਆਓ ਮੇਰੇ ਪਿਤਾ ਪਰਮੇਸ਼ਰ, ਹਾਲੇਲੂਯਾ, ਮੇਰੇ ਪਿਤਾ ਪਰਮੇਸ਼ਰ, ਮੀਡੀਆ ਟੀਮ ਨੂੰ, ਇਸ ਪ੍ਰਭੂ ਜੀ ਵਰਸ਼ਿਪ ਟੀਮ ਨੂੰ ਤੁਹਾਡੇ ਹੱਥਾਂ 'ਚ ਦਿੰਦੀ ਹਾਂ, ਜੋ ਤੁਹਾਡੇ ਕੰਮਾਂ ਲਈ ਖੜ੍ਹੇ ਆ ਮੇਰੇ ਪ੍ਰਭੂ ਜੀ, ਤੁਹਾਡੀ ਮਹਿਮਾ ਉਸਦੇ ਕਰਨ ਲਈ ਖੜ੍ਹੇ ਆ ਮੇਰੇ ਪਿਤਾ ਪਰਮੇਸ਼ਰ, ਜਿਸ ਤਰ੍ਹਾਂ ਪ੍ਰਭੂ ਜੀ ਮੇਰੇ ਘਰ ਦੇ ਵਿੱਚ ਪਿਤਾ ਪਰਮੇਸ਼ਰ 24 ਬਜ਼ੁਰਗਾਂ ਦੇ ਸਾਹਮਣੇ ਮੇਰੇ ਪਿਤਾ ਪਰਮੇਸ਼ਰ, ਤੁਹਾਡੇ ਸੁਰਗਦੂਤ ਤੁਹਾਨੂੰ ਪਵਿੱਤਰ 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 ਹੁਸੈਨਾ ਦੇ ਰਾਜਿਆਂ ਦਾ ਵਰਸ਼ਿਪ ਹੁੰਦੀ ਹੈ ਮੇਰੇ ਪਿਤਾ ਪਰਮੇਸ਼ਰ, ਅੱਜ ਮੇਰੇ ਪ੍ਰਭੂ ਜੀ ਹੋਣ ਦੇ ਅਸੀਂ ਉਸ ਜਿਹੇ ਬਣ ਜਾਈਏ, ਉਸ ਜਿਹੇ ਪਿਤਾ ਪਰਮੇਸ਼ਰ ਤੁਹਾਡੇ ਹਜ਼ੂਰ ਤੁਹਾਨੂੰ ਪਵਿੱਤਰ ਦੀਆਂ ਭੇਟਾਂ ਚੜ੍ਹਾਈਏ ਮੇਰੇ ਪ੍ਰਭੂ ਜੀ, ਧੰਨਵਾਦ ਦੀਆਂ ਭੇਟਾਂ ਚੜ੍ਹਾਈਏ ਮੇਰੇ ਪਿਤਾ ਪਰਮੇਸ਼ਰ, ਹਾਲੇਲੂਯਾ, ਹਾਲੇਲੂਯਾ, ਓ ਮੇਰੇ ਸੈਨਾ ਦਾ ਯਹੋਵਾ ਤੇਰਾ ਧੰਨਵਾਦ ਹੋ, ਹਾਲੇਲੂਯਾ, ਮੇਰੇ ਪ੍ਰਭੂ ਜੀ, ਜਿੰਨੇ ਲੋਕ ਮੇਰੇ ਪ੍ਰਭੂ ਜੀ ਆਪਣੇ ਦਿਲਾਂ 'ਚ ਬੋਝ ਲੈ ਕੇ ਆਏ ਆ, ਜਿੰਨੇ ਬਿਮਾਰ ਆਏ ਆ ਮੇਰੇ ਪ੍ਰਭੂ ਜੀ, ਅੱਜ ਉਹ ਖਾਲੀ ਨਾ ਜਾਣ ਮੇਰੇ ਪ੍ਰਭੂ ਜੀ, ਹਾਲੇਲੂਯਾ, ਇੱਕ ਇੱਕ ਨੂੰ ਛੂਣਾ ਮੇਰੇ ਪ੍ਰਭੂ ਜੀ, ਉਹਨਾਂ ਦੀ ਬਿਮਾਰੀਆਂ ਤੁਸੀਂ ਚੁੱਕ ਲੈਣਾ ਮੇਰੇ ਪਿਤਾ ਪਰਮੇਸ਼ਰ, ਹਾਲੇਲੂਯਾ, ਤੁਸੀਂ ਕਿਹਾ ਮੈਂ ਬੋਝ ਦੇ ਦਬੇ ਹੋਏ ਲੋਕਾਂ, ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ, ਹਾਲੇਲੂਯਾ, ਹਾਲੇਲੂਯਾ, ਉਹ ਮੇਰੇ ਪਿਤਾ ਜੀ ਸਾਰਾ ਅਧਿਕਾਰ ਤੁਹਾਨੂੰ ਦਿੱਤਾ ਗਿਆ ਆ, ਅਸਮਾਨ ਧਰਤੀ ਦਾ ਸਾਰਾ ਅਧਿਕਾਰ ਤੁਹਾਨੂੰ ਦਿੱਤਾ ਗਿਆ ਆ, ਅਸੀਂ ਉਸ ਯਹੋਵਾ ਨੂੰ ਬੁਲਾਉਂਦੇ ਹਾਂ, ਹਾਲੇਲੂਯਾ, ਅਸੀਂ ਉਸ ਯਹੋਵਾ ਨੂੰ ਪੁਕਾਰਦੇ ਹਾਂ, ਹਾਲੇਲੂਯਾ, ਹਾਲੇਲੂਯਾ, ਅਸੀਂ ਤੇਰੀ ਹਜ਼ੂਰੀ ਨੂੰ ਮੰਗਦੇ ਹਾਂ,
तेरे पवित्र रूह जुंबश करे मेरे प्रभु जी, तोड़े स्वर्गदूत हलचल आ जाण मेरे पिता परमेश्वर। हालेलुया मेरे प्रभु जी, हालेलुया हालेलुया। असि अपने पास मन तुहाडे हत्थां च दिन्ने मेरे प्रभु, जो भी प्रभु जी वचन तैयार कीता गया मेरे प्रभु जी, साडियां जिंदगियां बदलण वाला होए मेरे प्रभु जी, साडियां जिंदगियां चेंज हो जाण मेरे प्रभु परमेश्वर। ओह वचन होए जो देहधारी तलवार दी तरह साडियां जिंदगियां च काम करे मेरे प्रभु जी। हालेलुया प्रभु जी, गुर्दे गुर्दे हड्डी हड्डी नस नस नु छू जाए मेरे प्रभु जी। असि ओ लोग ना रहे, असि चेंज हो जाइए मेरे प्रभु यीशु जी। हालेलुया प्रभु जी, तेरा वचन अटल है, तेरा वचन प्रभु जी सारी जिंदगियां बदलने वाला है मेरे प्रभु जी। तेरे मुख जो निकले हुए शब्द कभी व्यर्थ नहीं जाते मेरे प्रभु जी, ये शब्द तेरे ने मेरे प्रभु जी। हालेलुया लोग तेरे ने, असि तुहाडे हां मेरे प्रभु जी। अज सानू खाली ना मोड़ी मेरे प्रभु, तुहाडे चरणा च आए हां मेरे प्रभु परमेश्वर। हालेलुया हालेलुया, सानू सानू अपने रूह दे नाल भरी मेरे प्रभु जी। हालेलुया पिता परमेश्वर, पूरी मीटिंग तुहाडे हत्थां च दिन्ने आ मेरे प्रभु जी। तुसी आओ इस मीटिंग नू कंट्रोल करो मेरे प्रभु जी। हालेलुया यीशु दे नाम च मंगदे आ, सारे जने कहंदे